ਸਰਕਾਰੀ ਕਾਨੂੰਨ ਦੋਸ਼ੀ ਬਾਦਲ ਭਾਈ ਧਿਆਨ ਸਿੰਘ ਮੰਡ ਜਿਨ੍ਹਾਂ ਵੱਲੋਂ ਅੱਜ ਇਸ ਫਿਰੋਜ਼ਪੁਰ ਸੀਟ 'ਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਅਤੇ ਕਾਂਗਰਸ ਦੋਨਾਂ ਦਾ ਵਿਰੋਧ ਕਰਨ ਦੇ ਲਈ ਬਰਗਾੜੀ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਉਹ ਮਾਰਚ ਸ਼ੁਰੂ ਹੋ ਚੁੱਕਿਆ ਔਰ ਉਹਨਾਂ ਨਾਲ ਤੁਸੀਂ ਗੱਲਬਾਤ ਵੀ ਕੀਤੀ ਹੈ। ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਭਾਈ ਧਿਆਨ ਸਿੰਘ ਮੰਡ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਜਿੰਦਰ ਰਾਜਾ, ਤੁਸੀਂ ਦੇਖ ਰਹੇ ਹੋ A1 ਪੰਜਾਬੀ ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਜੀਦਪੁਰ ਸਾਹਿਬ ਵਿਖੇ, ਜਿੱਥੇ ਬਰਗਾੜੀ ਇਨਸਾਫ਼ ਮੋਰਚਾ ਦੇ ਆਗੂਆਂ ਵੱਲੋਂ ਅਤੇ ਜਥੇਬੰਦੀ ਵੱਲੋਂ ਇੱਕ ਮਾਰਚ ਸ਼ੁਰੂ ਕੀਤਾ ਜਾਣਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਵਿਰੁੱਧ ਉਹ ਮਾਰਚ ਇੱਥੋਂ ਚੱਲ ਕੇ ਵਜੀਦਪੁਰ ਸਾਹਿਬ ਤੋਂ ਫਿਰੋਜ਼ਪੁਰ ਹੁੰਦਾ ਹੋਇਆ, ਜਲਾਲਾਬਾਦ ਹੁੰਦਾ ਹੋਇਆ ਅਤੇ ਉਸ ਮਾਰਚ ਨੇ ਮੁਕਤਸਰ ਵਿਖੇ ਸਮਾਪਤ ਹੋਣਾ ਹੈ। ਅਤੇ ਮੇਰੇ ਨਾਲ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਮੌਜੂਦ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜੀ, ਜੋ ਬਰਗਾੜੀ ਇਨਸਾਫ਼ ਮੋਰਚੇ ਦੇ ਸੰਚਾਲਕ ਵੀ ਨੇ ਅਤੇ ਇਸ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ, ਖੁੱਲ੍ਹੇ ਸਵਾਲ ਵਾਦ ਸੰਵਾਦ ਕਰਾਂਗੇ, ਉਹਨਾਂ ਨਾਲ ਜਾਣਾਂਗੇ ਕੀ ਹੈ ਉਹਨਾਂ ਦੇ ਇਸ ਮੋਰਚੇ ਦਾ ਪ੍ਰੋਗਰਾਮ। ਮੰਡ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਵਾਲ ਮੰਡ ਸਾਹਿਬ ਨੂੰ ਇਹੀ ਹੈ ਕਿ ਬਰਗਾੜੀ ਇਨਸਾਫ਼ ਮੋਰਚਾ ਜੋ ਕਰੀਬ 6.5 ਮਹੀਨੇ ਚੱਲਣ ਤੋਂ ਉਪਰੰਤ ਕੁਝ ਪ੍ਰਾਪਤੀਆਂ ਤੋਂ ਬਾਅਦ ਉਹ ਸਮਾਪਤ ਕਰ ਦਿੱਤਾ ਗਿਆ ਸੀ, ਤਾਂ ਹੁਣ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਬਰਗਾੜੀ ਇਨਸਾਫ਼ ਮੋਰਚੇ ਵੱਲੋਂ ਕੀ ਮੰਗਾਂ ਲੈ ਕੇ ਕੀ ਪੱਖ ਜਾਂ ਵਿਰੋਧ ਦੇ ਵਿੱਚ ਇਹ ਮਾਰਚ ਕੀਤਾ ਜਾ ਰਿਹਾ ਅਤੇ ਇਸ ਮਾਰਚ ਦਾ ਮਕਸਦ ਅਤੇ ਮੰਤਵ ਕੀ ਹੈ? ਪੰਜਾਬ ਦੀ ਧਰਤੀ ਬੜੀ ਪਵਿੱਤਰ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਇਸ ਧਰਤੀ 'ਤੇ ਵਸਣ ਵਾਲੇ ਲੋਕਾਂ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਉਹ ਇੱਕ ਇਤਿਹਾਸ ਦੇ ਵਜੋਂ, ਪਰ ਪਿਛਲੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਦੀ ਧਰਤੀ 'ਤੇ ਹੋਣੀ ਸ਼ੁਰੂ ਹੋਈ, ਇਹ ਬੜੀ ਮੰਦਭਾਗੀ ਗੱਲ ਸੀ। ਔਰ ਉਸ ਵੇਲੇ ਦੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹਦੇ ਰਾਜ ਦੇ ਵਿੱਚ ਇਹ ਸਾਰਾ ਕੁਛ ਵਾਪਰਿਆ। ਲਗਭਗ 300 ਤੋਂ ਵੱਧ ਵਾਰ ਗੁਰੂ ਸਾਹਿਬ ਦੀ ਬੇਅਦਬੀ ਹੋਈ, ਗੋਲੀ ਕਾਂਡ ਹੋਏ, ਸਿੰਘ ਸ਼ਹੀਦ ਹੋਏ, ਗੁਰੂ ਸਾਹਿਬ ਦੇ ਅੰਗ ਪੱਤਰੇ ਜਿਹੜੇ ਗਲੀਆਂ ਨਾਲੀਆਂ 'ਚ ਖਿਲਾਰੇ ਗਏ। ਉਹਦੇ ਸੰਬੰਧ ਦੇ ਵਿੱਚ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਰੋਸ ਸੀ, ਸਿੱਖ ਕੌਮ ਨੇ ਬਹੁਤ ਧਰਨੇ ਮੁਜ਼ਾਹਰੇ ਕੀਤੇ, ਪਰ ਕੋਈ ਸੁਣਵਾਈ ਨਹੀਂ ਸੀ ਹੋ ਰਹੀ। ਸਗੋਂ ਜਿਹੜੀ ਮੌਕੇ ਦੀ ਸਰਕਾਰ ਸੀ ਉਹ ਦੋਸ਼ੀਆਂ ਦੀ ਜਿਹੜੀ ਉਹ ਉਹਨਾਂ ਨੂੰ ਪਨਾਹ ਦਿੰਦੀ ਰਹੀ, ਉਹਨਾਂ ਦੀ ਮਦਦ ਕਰਦੀ ਰਹੀ ਔਰ ਉਹਨਾਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ, ਸੰਭਵ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਫਿਰ ਬਰਗਾੜੀ ਦਾ ਮੋਰਚਾ ਲੱਗਿਆ, ਲਗਭਗ 6 ਮਹੀਨੇ 6.5 ਮਹੀਨੇ ਉਹ ਚੱਲਿਆ। ਉਹਦੇ ਵਿੱਚ ਸਮੂਹ ਧਰਮਾਂ ਦੇ ਲੋਕਾਂ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਲੋਕਾਂ ਨੇ ਕਾਫਲੇ ਬੰਨ ਕੇ ਉਸ ਮੋਰਚੇ ਦੀ ਹਮਾਇਤ ਕੀਤੀ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਸੰਗਤਾਂ ਹਾਜ਼ਰੀ ਭਰਦੀਆਂ ਰਹੀਆਂ। ਜਿਹੜੀ ਨਵੀਂ ਸਰਕਾਰ ਬਣੀ ਸੀ
ਜਿਹਨੇ ਕਦੀ ਗੁਟਕੇ ਫੜ ਕੇ ਹੱਥ ਵਿੱਚ ਵਾਅਦੇ ਕੀਤੇ ਸੀ ਕਿ ਅਸੀਂ ਇਹ ਸਾਰਾ ਕੁਛ ਠੀਕ ਕਰਾਂਗੇ, ਅਸੀਂ ਦੋਸ਼ੀਆਂ ਨੂੰ ਫੜਾਂਗੇ, ਪਰ ਡੇਢ ਸਾਲ ਬੀਤ ਗਿਆ ਸੀ, ਉਹਦੇ ਵੀ ਕੰਨ 'ਤੇ ਕੋਈ ਜ਼ੂਨ ਨਹੀਂ ਸੀ ਸਰਕ ਰਹੀ। ਫਿਰ ਇਹ ਮੋਰਚਾ ਲਾਉਣਾ ਬਹੁਤ ਜ਼ਰੂਰੀ ਸੀ ਅਤੇ ਜਦੋਂ ਉਸ ਮੋਰਚੇ ਦਾ ਬਹੁਤ ਪ੍ਰੈਸ਼ਰ ਪਿਆ ਅਤੇ ਸਰਕਾਰ ਨੇ ਥੋੜ੍ਹੇ ਜਿਹੇ ਕੰਨ ਝਾੜੇ, ਉਹਨੇ ਫਿਰ ਕੁਛ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਮੋਰਚੇ ਦੇ ਦਬਾਅ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਗਈਆਂ। ਹੁਣ ਇਸ ਵੇਲੇ ਅੱਜ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਅਤੇ ਕਰਾਈ, ਇਹ ਬੜਾ ਇੱਕ ਭਖਦਾ ਮਸਲਾ ਹੈ ਕਿ ਉਹ ਅੱਜ ਫਿਰ ਚੋਣਾਂ ਦੇ ਵਿੱਚ ਖੜ੍ਹੇ ਹੋ ਗਏ ਨੇ, ਲੋਕਾਂ ਦਾ ਵੋਟ ਲੈ ਕੇ ਫਿਰ ਪਾਵਰ ਹਾਸਲ ਕਰਨੀ ਚਾਹੁੰਦੇ ਨੇ। ਔਰ ਅਸੀਂ ਕਿਸੇ ਵੀ ਕੀਮਤ ਸਿੱਖ ਸੰਗਤਾਂ ਇਹ ਨਹੀਂ ਚਾਹੁੰਦੀਆਂ ਕਿ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਕਿ ਉਹ ਫਿਰ ਜਿੱਤਣ ਅਤੇ ਫਿਰ ਇਹੋ ਜਿਹੇ ਕੰਮ ਕਰਨ। ਮਰ ਸਰ, ਤੁਹਾਡੀ ਗੱਲ ਟੋਕਨ ਦੀ ਗੁਸਤਾਖੀ ਹੈ, ਇਹਦੀ ਮਾਫ਼ੀ ਚਾਹੂੰਗਾ, ਕਿਉਂਕਿ ਇਹ ਜਾਂ ਮਾਰਚ ਹੈ ਜਾਂ ਤੁਸੀਂ ਪਹਿਲਾਂ ਵੀ ਜਿਹੜੇ ਮਾਰਚ ਇੱਕ ਦੋ ਕੱਢੇ ਨੇ, ਸੰਗਤਾਂ ਦੇ ਵਿੱਚ ਭਰਮ ਭੁਲੇਖਾ ਪਾਇਆ ਜਾ ਰਿਹਾ ਕਿ ਤੁਸੀਂ ਸਿਰਫ ਅਕਾਲੀ ਦਲ ਬਾਦਲ ਜਿਹੜਾ ਉਹਦੀ ਵਿਰੋਧਤਾ ਕਰ ਰਹੇ ਹੋ ਅਤੇ ਕਾਂਗਰਸ ਦੀ ਅਪਰਥਕ ਤੌਰ 'ਤੇ ਤੁਸੀਂ ਸਪੋਰਟ ਕਰ ਰਹੇ ਹੋ। ਦੇਖੋ, ਮੈਂ ਜਿਵੇਂ ਪਹਿਲਾਂ ਵੀ ਦੱਸਿਆ ਕਿ ਇਹਦੇ ਵਿੱਚ ਸਾਰੇ ਦੋਸ਼ੀ ਨੇ, ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਅਕਾਲ ਤਖ਼ਤ ਢਾਇਆ, ਔਰ ਜਦੋਂ ਇਹ ਘਟਨਾ ਵਾਪਰ ਗਈ ਸੀ, ਡੇਢ ਸਾਲ ਕਾਂਗਰਸ ਦੀ ਸਰਕਾਰ ਬਣੀ ਸੀ, ਉਹਨੇ ਕੁਛ ਵੀ ਨਹੀਂ ਸੀ ਕੀਤਾ। ਅਸੀਂ ਤਾਂ ਇਹ ਕਹਿੰਦੇ ਕਿ ਜਿਹੜੇ ਉਹਨਾਂ ਦੇ ਸਪੋਰਟਰ ਨੇ ਜਾਂ ਜਿਹੜੇ ਦੋਸ਼ੀ ਨੇ, ਅਸੀਂ ਉਹਨਾਂ ਦੇ ਵਿਰੁੱਧ ਲੋਕਾਂ ਦੀ ਲਾਮਬੰਦੀ ਕਰ ਰਹੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੇ ਬਨੇਰਿਆਂ ਦੇ ਉੱਤੇ ਕਾਲੇ ਝੰਡੇ ਲੱਗਣ, ਲੋਕ ਇਹਨਾਂ ਨੂੰ ਵੋਟ ਨਾ ਪਾਉਣ, ਔਰ ਲੋਕ ਇਹਨਾਂ ਦੇ ਨਾਲ ਰੋਸ ਕਰਨ, ਇਹਨਾਂ ਨੂੰ ਹਰਾਉਣ, ਔਰ ਇਹ ਨਹੀਂ ਜਿੱਤਣੇ ਚਾਹੀਦੇ। ਇਸ ਕਰਕੇ ਅਸੀਂ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ, ਅਸੀਂ ਸਾਰਿਆਂ ਨੂੰ ਜਗਾ ਰਹੇ ਹਾਂ, ਅਤੇ ਆਹ ਸਾਡਾ ਤੀਜਾ ਚੌਥਾ ਮਾਰਚ ਆ, ਅਤੇ ਇਹਦੇ ਨਾਲ ਹੁਣ ਤੁਸੀਂ ਦੇਖੋ ਹਰ ਪਿੰਡ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਵਿਰੋਧ ਕਰਨ ਲੱਗ ਪਈਆਂ, ਇਹਦਾ ਬਹੁਤ ਜ਼ਿਆਦਾ ਅਸਰ ਹੋਇਆ, ਅਤੇ ਜਿਹੜੇ ਉਮੀਦਵਾਰ ਨੇ, ਪਾਰਟੀਆਂ ਨੇ, ਉਹ ਬਖਲਾ ਗਈਆਂ ਨੇ। ਸੋ ਇਸ ਕਰਕੇ ਇਹ 19 ਤਰੀਕ ਤੱਕ 3-4 ਦਿਨ ਰਹਿ ਗਏ, ਇਹੀ ਮੌਕਾ ਰਹਿ ਗਿਆ। ਸੋ ਅਸੀਂ ਅੱਜ ਇੱਥੋਂ ਵਜੀਦਪੁਰ ਸਾਹਿਬ ਤੋਂ ਜਿਹੜਾ ਮਾਰਚ ਕਰ ਰਹੇ ਹਾਂ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਜਿੱਥੇ ਮੁੱਖ ਦੋਸ਼ੀ ਜਿਹੜਾ ਸਾਡਾ ਸੁਖਬੀਰ ਸਿੰਘ ਬਾਦਲ ਆ, ਉਹ ਚੋਣ ਲੜ ਰਿਹਾ, ਔਰ ਅਸੀਂ ਕਿਸੇ ਵੀ ਕੀਮਤ 'ਤੇ ਨਹੀਂ ਚਾਹੁੰਦੇ, ਕਿਉਂਕਿ ਇਹੋ ਜਿਹੇ ਬੰਦੇ ਜਦੋਂ ਇਹਨਾਂ ਕੋਲ ਪਾਵਰ ਆਉਂਦੀ ਹੈ ਤਾਂ ਫਿਰ ਇਹਨਾਂ ਨੂੰ ਨਾ ਗੁਰੂ ਗ੍ਰੰਥ ਸਾਹਿਬ ਦੀ ਪਰਵਾਹ, ਨਾ ਇਹਨਾਂ ਨੂੰ ਪੰਥ ਦੀ ਪਰਵਾਹ, ਨਾ ਇਹਨਾਂ ਨੂੰ ਸੰਗਤ ਦੀ ਪਰਵਾਹ, ਔਰ ਅਸੀਂ ਚਾਹਵਾਂਗੇ ਕਿ ਦੋਵੇਂ ਪਾਰਟੀਆਂ ਤੋਂ ਹਾਰਨ। ਸਾਡੇ ਦਰਸ਼ਕ ਥੋੜ੍ਹਾ ਜਿਹਾ ਇਹ ਜਾਣਨਾ ਚਾਹੁੰਗੇ ਕਿ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਜਿਹੜੇ ਪੰਥਕ ਮੋਰਚੇ ਵਾਲੇ ਨੇ, ਬਰਗਾੜੀ ਮੋਰਚੇ ਵਾਲੇ, ਉਹ ਕਾਂਗਰਸ ਦੀ ਬੀ ਟੀਮ ਵਜੋਂ ਵਿਚਰ ਰਹੇ ਹੈਗੇ, ਇਹ ਗੱਲ ਸਾਫ਼ ਕਰੇ ਜਾਣ ਦੀ ਮੰਗ ਕਰਦੇ ਹਾਂ। ਅਸੀਂ ਕਾਂਗਰਸ ਦੀ ਬੀ ਟੀਮ ਆ ਕਿ ਸੁਖਬੀਰ ਸਿੰਘ RSS ਦਾ ਕੰਮ ਕਰ ਰਿਹਾ, ਇਹ ਤਾਂ ਸਮਾਂ ਦੱਸੂਗਾ, ਪਰ ਅਸੀਂ ਆਪਣੀ ਜਿਹੜੀ ਕਾਰਵਾਈ ਹੈ ਅਸੀਂ ਤਾਂ ਆਪਣਾ ਫਰਜ਼ ਨਿਭਾਉਣ ਡਏ ਹਾਂ, ਅਤੇ ਸੁਖਬੀਰ ਸਿੰਘ ਬਾਦਲ ਜਿੰਨਾ ਕੁ ਪੰਥਕ ਆ ਜਾਂ ਉਹਦੀ ਜਿਹੜੀ ਪਾਰਟੀ ਜਿੰਨੀ ਕੁ ਪੰਥਕ ਹੈ, ਇਹ ਸਾਰਾ ਪੰਥ ਚੰਗੀ ਤਰ੍ਹਾਂ ਜਾਣਦਾ। ਅੱਜ ਪੂਰੇ ਦਾ ਪੂਰਾ ਜਿਹੜਾ ਇਹ ਅਕਾਲੀ ਦਲ ਜਿਹਨੂੰ ਇਹ ਕਹਿੰਦੇ ਨੇ ਜਾਂ ਸ਼੍ਰੋਮਣੀ ਕਮੇਟੀ ਆ, ਇਹਨਾਂ ਨੇ ਅੱਜ ਦੋਸ਼ੀਆਂ ਦੇ ਕਟਹਿਰੇ ਦੇ ਵਿੱਚ ਖੜ੍ਹਾ ਕਰ ਦਿੱਤਾ, ਇਹ ਸਾਰੇ ਦੋਸ਼ੀ ਬਣ ਗਏ। ਕਿਉਂਕਿ ਤੁਸੀਂ ਵੇਖਿਆ ਹੋਣਾ ਕਿ ਜਦੋਂ ਪਿਛਲੇ ਸਾਲ ਬੇਅਦਬੀਆਂ ਹੋਈਆਂ, ਨਾ ਸ਼੍ਰੋਮਣੀ ਕਮੇਟੀ ਦਾ ਕੋਈ ਮੁਲਾਜ਼ਮ, ਨਾ ਕੋਈ ਮੈਂਬਰ, ਨਾ ਤਖ਼ਤਾਂ ਦੇ ਜਥੇਦਾਰ, ਅਤੇ ਨਾ ਹੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਕੋਈ ਸਰਕਲ ਜਥੇਦਾਰ, ਜ਼ਿਲ੍ਹਾ ਜਥੇਦਾਰ ਜਾਂ ਕੋਈ ਵੱਡੇ ਅਹੁਦੇਦਾਰ ਕਿਸੇ ਇੱਕ ਥਾਂ 'ਤੇ ਵੀ ਰੋਸ ਕਰਨ ਵਾਸਤੇ ਗਏ ਨਹੀਂ। ਇਹਨਾਂ ਨੂੰ ਤਾਂ ਦੁੱਖ ਹੋਇਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦਾ, ਇਹਨਾਂ ਵਾਸਤੇ ਤਾਂ ਗੁਰੂ ਗ੍ਰੰਥ ਸਾਹਿਬ ਕੋਈ ਚੀਜ਼ ਹੈ ਹੀ ਨਹੀਂ। ਇਸ ਕਰਕੇ ਇਹ ਤਾਂ ਅਕਾਲੀ ਦਲ, ਇਹਨਾਂ ਨੂੰ ਕਹਿਣਾ, ਮੈਂ ਕਹਿੰਦਾ ਵੀ ਇਹ ਤਾਂ ਬੜੀ ਗਲਤੀ ਹੋਊਗੀ ਜਿਹੜਾ ਵੀ ਕਹੂਗਾ ਇਹ ਅਕਾਲੀ ਦਲ ਹੈ ਹੀ ਨਹੀਂ।
ਮੈਡਮ ਸਾਹਿਬ, ਇੱਕ ਛੋਟੀ ਜਿਹੀ ਮੈਂ ਗੁਸਤਾਖੀ ਕਰਦਾ, ਕਿਉਂਕਿ ਆਪਾਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਹਾਂ, ਤਾਂ ਉਸ ਤਰ੍ਹਾਂ ਦਾ ਸਵਾਲ ਜਿਹੜਾ ਪੁੱਛਣਾ ਥੋੜ੍ਹਾ ਜਿਹਾ ਭਾਸ਼ਾ ਦੇ ਹੇਰਫੇਰ ਨਾਲ, ਮੈਂ ਇਹਦੀ ਅਗਾਊਂ ਮਾਫ਼ੀ ਮੰਗਦਾ ਹੋਇਆ ਕਹਿਣਾ ਚਾਹੂੰਗਾ ਕਿ ਜਿਹੜੇ ਵੱਖ ਵੱਖ ਅਖਬਾਰਾਂ 'ਚ ਪ੍ਰੈਸ ਬਿਆਨ ਆ ਰਹੇ ਨੇ ਕਿ ਜਦੋਂ ਮੋਰਚਾ ਸਮਾਪਤ ਕੀਤਾ ਗਿਆ ਸੀ, ਬਰਗਾੜੀ ਮੋਰਚੇ ਦੀ ਮੈਂ ਗੱਲ ਕਰ ਰਿਹਾ, ਤਾਂ ਦਾਦੂਵਾਲ ਸਾਹਿਬ ਨਾਲ ਤੁਹਾਡੇ ਕੁਝ ਮਤਭੇਦ ਕਿੰਨਾ ਗੱਲਾਂ ਦਾ ਕਿੰਨਾ ਕਾਰਨਾਂ ਕਰਕੇ ਹੋ ਗਏ ਸੀ? ਉਹ ਹੁਣ ਵੀ ਗਾਹੇ ਬਗਾਹੇ ਗੱਲ ਕਰਦੇ ਨੇ, 3-4 ਦਿਨਾਂ ਦੀ ਗੱਲ ਹੈਗੀ ਹੈ, ਇਹ ਮਤਭੇਦ ਕਿਉਂ ਨੇ ਜੀ? ਪੰਥ ਬਹੁਤ ਵੱਡਾ ਅਤੇ ਬਹੁਤ ਵਿਸ਼ਾਲ ਆ, ਔਰ ਜਿਹੜੇ ਵੀ ਲੋਕਾਂ ਨੇ ਪੰਥ ਦੀ ਅਗਵਾਈ ਕਰਨੀ ਆ, ਉਹਨਾਂ ਨੂੰ ਸਾਰਾ ਕੁਛ ਵੇਖਣਾ, ਜਰਨਾ ਸੁਣਨਾ ਪੈਂਦਾ ਹੈ। ਪਰ ਦਾਦੂਵਾਲ ਸਾਹਿਬ ਦੀ ਬਹੁਤ ਵੱਡੀ ਦੇਣ ਆ ਮੋਰਚੇ ਨੂੰ, ਔਰ ਉਹਨਾਂ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਬੜੀ ਵੱਡੀ ਕੁਰਬਾਨੀ ਆ। ਅਤੇ ਪਰਿਵਾਰ ਦੇ ਵਿੱਚ ਦੋ ਭਾਂਡੇ ਕਈ ਵਾਰੀ ਖੜਕ ਪੈਂਦੇ, ਪਰ ਤੁਸੀਂ ਦੇਖੋ ਅਸੀਂ ਸਾਰੇ ਇਕੱਠੇ ਚੱਲ ਰਹੇ ਹਾਂ, ਅੱਜ ਵੀ ਦਾਦੂਵਾਲ ਸਾਹਿਬ ਆ ਰਹੇ ਸੀ, ਬਿਲਕੁਲ ਨਾ ਸਾਡਾ ਪਹਿਲਾਂ ਕੋਈ ਵਿਕਰੇਵਾ ਸੀ ਨਾ ਸਾਡਾ ਹੋਣਾ। ਅਸੀਂ ਤਾਂ ਪੰਥ ਦੀ ਸੇਵਾ ਦਾ, ਸਾਨੂੰ ਪੰਥ ਨੇ ਮੌਕਾ ਦਿੱਤਾ, ਅਸੀਂ ਸੱਚੇ ਦਿਲੋਂ ਸੇਵਾ ਕਰ ਰਹੇ ਹਾਂ, ਇਹਦੇ ਵਿੱਚ ਸਾਡਾ ਕੋਈ ਆਪਣੀ ਸਵਾਰਥ ਮਕਸਦ ਨਹੀਂ ਹੈਗਾ। ਅਕਾਲੀ ਦਲ ਬਾਦਲ ਨੂੰ ਹਰਾ ਕੇ ਤੁਸੀਂ ਕਿਹਨਾਂ ਨੂੰ ਜਿਤਾਉਣਾ ਚਾਹੁੰਦੇ ਹੋ? ਅਸੀਂ ਪੰਥ ਨੂੰ ਜਿਤਾਉਣਾ ਚਾਹੁੰਦੇ ਹਾਂ, ਕਿਉਂਕਿ ਬਹੁਤ ਸਾਰੇ ਥਾਵਾਂ 'ਤੇ ਮੋਰਚੇ ਦੇ ਉਮੀਦਵਾਰ ਖੜ੍ਹੇ, ਅਤੇ ਫਿਰੋਜ਼ਪੁਰ ਤੋਂ ਵੀ ਖੜ੍ਹੇ ਨੇ, ਔਰ ਬਾਕੀ ਜਿਹੜੀਆਂ ਸੀਟਾਂ ਤੋਂ ਨਹੀਂ ਖੜ੍ਹੇ, ਉੱਥੇ ਬੜੇ ਇਨਸਾਫ਼ ਪਸੰਦ ਲੋਕ ਖੜ੍ਹੇ ਨੇ, ਪੰਥਕ ਲੋਕ ਖੜ੍ਹੇ ਨੇ, ਕੁਰਬਾਨੀ ਵਾਲੇ ਲੋਕ ਖੜ੍ਹੇ ਨੇ, ਲੋਕ ਉਹਨਾਂ ਨੂੰ ਵੋਟ ਪਾਉਣ, ਸਾਰਿਆਂ ਨੂੰ ਪਤਾ ਹੈ ਕਿਹਨੂੰ ਵੋਟ ਪਾਉਣੀ। ਅਗਲਾ ਜਿਹੜਾ ਪ੍ਰੋਗਰਾਮ ਹੈ ਇਸ ਪੜਾਅ ਤੋਂ ਬਾਅਦ, ਚੋਣਾਂ ਤੋਂ ਬਾਅਦ, ਬਰਗਾੜੀ ਮੋਰਚੇ ਦਾ ਕੀ ਹੋਊਗਾ? ਦੇਖੋ, ਅਸੀਂ ਉਨ੍ਹਾਂ ਚਿਰ ਤਾਂ ਚੁੱਪ ਕਰਕੇ ਬੈਠਣਾ ਨਹੀਂ, ਅਸੀਂ ਇੱਕ ਮੌਕਾ ਦਿੱਤਾ ਮੌਕੇ ਦੀ ਸਰਕਾਰ ਨੂੰ, ਕਿਉਂਕਿ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਆ ਕੇ ਸਾਰੀ ਸਿੱਖਾਂ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਸਹੁੰ ਖਾਧੀ ਹੈ, ਉਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਇਹ ਸਾਰਾ ਕੁਛ ਜਿਹੜਾ ਜਿਉਂ ਦਾ ਤਿਉਂ ਅਸੀਂ ਠੀਕ ਕਰਾਂਗੇ, ਅਤੇ ਕੁਛ ਉਹਨਾਂ ਨੇ ਕੀਤਾ ਵੀ ਆ, ਬਾਕੀ ਇਹਦੇ ਬਹੁਤ ਕੁਛ ਬਾਕੀ ਹੈ। ਜਿੰਨਾ ਚਿਰ ਉਹ ਨਹੀਂ ਹੁੰਦਾ, ਅਸੀਂ ਉਹਨਾਂ ਚਿਰ ਤਾਂ ਲੜਾਈ ਲੜਨੀ ਹੈ, ਇਹ ਤਾਂ ਸਾਡਾ ਫਰਜ਼ ਹੈ। ਇਸ ਕਰਕੇ ਸਰਕਾਰ ਨੂੰ ਤਾਂ ਅਸੀਂ ਪਹਿਲਾਂ ਤੋਂ ਲੈ ਕੇ ਚੇਤਾਵਨੀ ਦਿੰਦੇ ਹਾਂ, ਅਤੇ ਹੁਣ ਵੀ ਦੇਵਾਂਗੇ ਕਿ ਸਰਕਾਰ ਦੀ ਜਿਹੜੀ ਢਿੱਲ ਆ, ਇਹਦਾ ਕਰਕੇ ਜਿਹੜੇ ਸਾਡੇ ਦੋਸ਼ੀ ਨੇ ਉਹਨਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ ਬਹੁਤ ਜ਼ਿਆਦਾ। ਅੰਮ੍ਰਿਤ ਸਾਹਿਬ, ਇੱਕ ਜਿਹੜੀ ਸਭ ਤੋਂ ਮਹੱਤਵਪੂਰਨ ਜਾਂ ਵੱਡੀ ਗੱਲ ਉਹ ਹੈ ਕਿ ਜਿਹੜੀਆਂ ਬੇਅਦਬੀਆਂ ਨੇ ਉਹ ਹੁਣ ਵੀ ਜਾਰੀ ਆ। 2-3 ਦਿਨ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੋਹਾ ਸਾਹਿਬ ਵਿਖੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਹਿ ਲਓ, ਕਿਉਂਕਿ ਜਾਂਚ ਪੜਤਾਲ ਜਾਰੀ ਆ, ਉਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਉੱਥੇ ਅੱਗ ਲੱਗੀ ਹੈ, ਸੋ ਖਸਮ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਜਿਹੜੇ ਆ ਉਹ ਸੜੇ ਪਾਏ ਗਏ ਆ, ਇਹ ਕਿਉਂ ਹੋ ਰਿਹਾ ਸਰ? ਦੇਖੋ, ਅਸੀਂ ਘਟਨਾ 'ਤੇ ਸੋਹਾ ਪਿੰਡ ਦੇ ਵਿੱਚ ਮਲੇਰਕੋਟਲੇ ਦੇ ਸਾਰੀ ਪੜਤਾਲ ਵੀ ਕੀਤੀ ਹੈ, ਔਰ ਪ੍ਰਸ਼ਾਸਨ ਵੀ ਠੀਕ ਢੰਗ ਦੇ ਨਾਲ ਉਹਦੀ ਕਾਰਵਾਈ ਕਰ ਰਿਹਾ, ਅਤੇ ਉਹਦਾ ਜਿਹੜਾ ਮੁੱਖ ਦੋਸ਼ੀ ਉਹ ਉੱਥੋਂ ਦਾ ਗ੍ਰੰਥੀ ਨਿਕਲੇ, ਔਰ ਉਹਦੀ ਅਣਗਹਿਲੀ ਕਰਕੇ ਜਾਂ ਇਹ ਤਾਂ ਉਹਨੂੰ ਜਾਂਚ ਦੱਸੂਗੀ ਕੀ ਆ, ਪਰ ਸਾਰਾ ਕੁਛ ਉਹਦੇ ਕਰਕੇ ਹੋਇਆ, ਅਤੇ ਉਹਨੂੰ ਇੱਕ ਬੇਅਦਬੀ ਦਾ ਰੂਪ ਦੇ ਦੇਣਾ, ਇਹ ਵੀ ਮੈਂ ਸਮਝਦਾ ਵੀ ਬਹੁਤ ਹੀ, ਜਿਵੇਂ ਉਹਨਾਂ ਨੇ ਫਟਾਫਟ ਆਵਾਜ਼ ਦੇ ਤੀ ਵੀ ਅੰਦਰ ਆਇਆ ਕੋਈ ਬੰਦਾ, ਉੱਥੇ ਉਹਨੇ ਡੀਜ਼ਲ ਪਾ ਕੇ ਅਤੇ ਅੱਗ ਲਾ ਤੀ, ਅਸਲ ਵਿੱਚ ਇਹ ਗੱਲ ਹੈ ਨਹੀਂ ਸੀ। ਇਸ ਕਰਕੇ ਉਹ ਗ੍ਰੰਥੀ ਹੁਣ ਦੱਸੂਗਾ ਕਿ ਉਹਨੇ ਸਾਰਾ ਕੁਛ ਕਿਉਂ ਕੀਤਾ, ਕਿ ਉਹਨੂੰ ਘਾਟ ਸੀ, ਉਹਦੇ ਪਿੱਛੇ ਕੌਣ ਸੀ, ਇਹ ਤਾਂ ਉਹਨੂੰ ਉਹਦੀ ਜਾਂਚ ਚੱਲ ਰਹੀ ਹੈ, ਅਤੇ ਉਹ ਮੰਨ ਗਿਆ ਕਿ ਸਾਰਾ ਕੁਛ ਮੈਂ ਕੀਤਾ। ਇੱਕ ਤਾਂ ਵੈਸੇ ਹੈ ਨਾ, ਘਟਨਾ ਵਾਪਰ ਗਈ, ਕੋਈ ਸਰਕਟ ਸ਼ਾਰਟ ਹੋਣ ਕਰਕੇ ਜਾਂ ਚਲੋ ਅੱਗ ਲੱਗ ਗਈ, ਉਹ ਤਾਂ ਕਿਸੇ ਦੇ ਵੱਸ ਨਹੀਂ, ਇੱਕ ਜਾਣ ਬੁੱਝ ਕੇ ਕਰ ਦੇਣਾ, ਇਹ ਗੱਲ 'ਚ ਬੜਾ ਅੰਤਰ ਹੈ ਜੀ। ਹਾਂ ਬਿਲਕੁਲ, ਬਹੁਤ ਜ਼ਿਆਦਾ ਅੰਤਰ ਆ, ਕਿਉਂਕਿ ਉਹ ਸਾਰਾ ਸ਼ੱਕੀ ਆ, ਜਿਸ ਤਰੀਕੇ ਦੇ ਨਾਲ ਤਾਲਾ ਤੋੜਿਆ ਗਿਆ, ਸਾਰਾ ਕੁਛ ਕੀਤਾ ਗਿਆ, ਹੈ ਨਾ। ਪਰ ਹੁਣ ਸਾਨੂੰ ਕੱਲ੍ਹ ਪਤਾ ਲੱਗਾ ਹੈ ਕਿ ਉਹ ਸਾਰਾ ਕੁਛ ਗ੍ਰੰਥੀ ਨੇ ਜਦੋਂ ਅੰਦਰ ਅੱਗ ਲੱਗੀ ਹੋਈ ਸੀ, ਉਹ ਸਾਰਾ ਕੁਛ ਤਾਲਾ ਤੋੜਨ ਦਾ ਸਾਰਾ ਕੁਛ ਇੱਕ ਡਰਾਮਾ ਹੀ ਰਚਿਆ। ਹੁਣ ਦੇਖੋ, ਹੁਣ ਅੱਜ ਤੱਕ ਸਾਰਾ ਪਤਾ ਲੱਗ ਜੂ, ਪੂਰੀ ਤਰ੍ਹਾਂ ਨਹੀਂ ਆਪਾਂ ਕਹਿ ਸਕਦੇ ਵੀ ਉੱਥੇ ਅਸਲੀ ਗੱਲ ਕੀ ਹੈ, ਪਰ ਸ਼ਾਮ ਤੱਕ ਸਾਰਾ ਪਤਾ ਲੱਗ ਜਾਣਾ। ਮੈਡਮ ਸਾਹਿਬ, ਸਾਡੇ ਦਰਸ਼ਕ ਇੱਕ ਗੱਲ ਜਾਣਨਾ ਚਾਹੁੰਗੇ ਕਿ ਬਰਗਾੜੀ ਇਨਸਾਫ ਮੋਰਚਾ ਜਿਹਦੀ ਅਗਵਾਈ ਤੁਸੀਂ ਕਰ ਰਹੇ ਹੋ,
ਉਹ ਹੁਣ ਚੋਣਾਂ ਤੱਕ ਹੀ ਸੀਮਿਤ ਹੈ ਜਾਂ ਚੋਣਾਂ ਤੋਂ ਬਾਅਦ ਵੀ ਬਰਗਾੜੀ ਮੋਰਚੇ ਦਾ ਕੋਈ ਪ੍ਰੋਗਰਾਮ ਹੋਊਗਾ? ਅਤੇ ਕੀ ਬਰਗਾੜੀ ਮੋਰਚਾ ਧਾਰਮਿਕ ਜਿਹੜੀ ਬੇਦਬੀ ਹੈ ਗੁਰੂ ਗ੍ਰੰਥ ਸਾਹਿਬ ਦੀ, ਇਸ ਤੋਂ ਇਲਾਵਾ ਹੋਰਨਾਂ ਮੰਗਾਂ ਨੂੰ ਲੈ ਕੇ ਵੀ ਕੋਈ ਸੰਘਰਸ਼ ਛੇੜ ਸਕਦਾ? ਦੇਖੋ ਜੀ, ਬਰਗਾੜੀ ਮੋਰਚਾ ਸਮਾਪਤ ਨਹੀਂ ਹੋਇਆ। ਬਰਗਾੜੀ ਮੋਰਚਾ ਕਈ ਪੜਾਵਾਂ ਦੇ ਵਿੱਚ ਇਹਨੇ ਕੰਮ ਕੀਤਾ ਅਤੇ ਕਰੂੰਗਾ। ਔਰ ਸਾਡੀ ਜਿਹੜੀ ਜੱਦੋਜਹਿਦ ਹੈ, ਸਾਡੀ ਜੱਦੋਜਹਿਦ ਇਹ ਹੈ ਕਿ ਜੋ ਸਿੱਖ ਕੌਮ ਦੇ ਨਾਲ ਸਾਡੇ ਪੰਥ ਨਾਲ ਧੱਕਾ ਹੋਇਆ, ਸਾਨੂੰ ਇਹਦਾ ਇਨਸਾਫ ਚਾਹੀਦਾ। ਜਿਹੜੇ ਸਾਡੇ ਸਿੱਖ ਜੇਲ੍ਹਾਂ ਵਿੱਚ ਬੈਠੇ ਨੇ ਉਹ ਰਿਹਾਅ ਹੋਣੇ ਚਾਹੀਦੇ ਨੇ। ਔਰ ਦੂਜੇ ਪਾਸੇ ਜੇ ਸਿਆਸੀ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਬਹੁਤ ਦੁਬਾਰਾ ਨਿਕਲ ਗਿਆ, ਇਹਨੂੰ ਵੀ ਠੀਕ ਕਰਨਾ ਸਾਡਾ ਫਰਜ਼ ਹੈਗਾ, ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ। ਉਹਦੇ ਇਸੇ ਸੰਬੰਧ ਦੇ ਵਿੱਚ ਹੀ ਅਸੀਂ ਇਹ ਸਾਰਾ ਕੁਛ ਕਰ ਰਹੇ ਹਾਂ ਕਿ ਇਹ ਜਿਹੜੇ ਬੰਦੇ ਚੋਰ ਨੇ, ਡਾਕੂ ਨੇ, ਜਿਨ ਦੋਵਾਂ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ, ਇਹਨਾਂ ਤੋਂ ਲੋਕਾਂ ਦਾ ਛੁਟਕਾਰਾ ਕਰਾਉਣਾ ਵੀ ਅਸੀਂ ਸਮਝਦੇ ਹਾਂ ਕਿ ਸਾਡਾ ਫਰਜ਼ ਹੈ। ਸਿਆਸੀ ਪਾਰਟੀ ਦਾ ਗਠਨ ਵੀ ਹੋ ਸਕਦਾ ਹੈ ਇਸ ਚੋਣਾਂ ਦੇ ਬਾਅਦ? ਹਾਂ, ਸਮਾਂ ਹੋਣ 'ਤੇ ਸਾਰਾ ਕੁਛ ਹੋਊਗਾ, ਪਰ ਅੱਜ ਹਾਲੇ ਤਾਂ ਅਸੀਂ ਸਾਰਾ ਕੁਛ ਇਕੱਠਾ ਕਰ ਰਹੇ ਅਤੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸਾਰਾ ਕੁਛ ਜ਼ਰੂਰੀ ਸਾਡੇ ਧਿਆਨ ਵਿੱਚ ਹੈ। ਇਸ ਕਰਕੇ ਸਾਰੀਆਂ ਸਿੱਖ ਸੰਗਤਾਂ ਨਾਲ, ਸਾਰੇ ਪੰਥ ਨਾਲ ਸਲਾਹ ਕਰਕੇ ਅਸੀਂ ਅਕਾਲ ਤਖ਼ਤ ਸਾਹਿਬ ਜਥੇਦਾਰ ਭਾਈ ਧਿਆਨ ਸਿੰਘ ਮਾਣਕ, ਜਿਨ੍ਹਾਂ ਨੇ ਏਵਨ ਪੰਜਾਬੀ ਚੈਨਲ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ। ਮਾਣਸਾ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।